ਤੇ ਇਹ ਕਹਿ ਸਕਦੇ ਹਾਂ ਕਿ ਇਹ ਅਪਡੇਟ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਸਪੈਸ਼ਲੀ ਜான் ਹਾਰਗਨ ਨੂੰ ਵਧਾਈ ਦਿੱਤੀ ਹੈ। ਸੋ ਇਹ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਹਨੇਰੇ ਦੇ ਵਿੱਚ ਤੀਰ ਮਾਰਿਆ ਸੀ ਜான் ਹਾਰਗਨ ਹੋਰਾਂ ਨੇ ਉਹ ਕਿਤੇ ਨਾ ਕਿਤੇ ਨਿਸ਼ਾਨੇ ਤੇ ਬੈਠ ਗਿਆ। ਇੱਕ ਜੂਆ ਹੀ ਖੇਡਿਆ ਸੀਗਾ ਇਸ ਵੇਲੇ ਉਹਨਾਂ ਨੇ ਇਲੈਕਸ਼ਨ ਅਨਾਉਂਸ ਕਰਕੇ ਪਰ ਉਹ ਜੂਏ ਦੇ ਵਿੱਚ ਐ ਐਨਡੀਪੀ ਨੂੰ ਰਾਸ ਜ਼ਰੂਰ ਆ ਗਿਆ। ਜਿਹਨੇ ਕਹਿ ਸਕਦੇ ਆ ਕਿ ਕੋਰੋਨਾ ਵਾਇਰਸ ਜਿਹੜਾ ਉਹ ਕਿਸੇ ਕਿਸੇ ਨੂੰ ਜਿਹੜਾ ਬਹੁਤੀ ਵਾਰਾ ਖਾ ਗਿਆ ਜਿਵੇਂ ਕਿ ਬੀਸੀ ਸਰਕਾਰ ਨੂੰ ਨਿਊ ਬ੍ਰਾਂਸਵਿਕ ਦੇ ਵਿੱਚ ਵੀ ਜਿਵੇਂ ਹੋਇਆ ਤੇ ਕਿਸੇ ਕਿਸੇ ਨੂੰ ਬਹੁਤ ਘਾਟਾ ਵੀ ਪਾ ਗਿਆ ਜਿਵੇਂ ਕਿ ਲਿਬਰਲ ਤਕਰੀਬਨ ਆਪਣੀਆਂ ਜੜੀਆਂ ਸੀਟਾਂ ਉਹ ਜੇਤੀ ਗਏ ਨੌ ਪੰਜਾਬੀ ਜਿਹੜੇ ਨੇ ਉਹ ਇਸ ਵਾਰ ਮੈਦਾਨ ਦੇ ਵਿੱਚ ਜਿਹੜੇ ਨੇ ਫਤਿਹ ਪਾ ਚੁੱਕੇ ਨੇ ਨੌ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਸੋ ਵੀਕਐਂਡ ਤੋਂ ਬਾਅਦ ਆਪਾਂ ਸਾਰਿਆਂ ਨੇ ਹੁਣ ਵਾਪਸੀ ਕੀਤੀ ਹੈ ਵੀਕਐਂਡ ਦਾ ਜਿਹੜਾ ਇੱਕ ਦਿਨ ਸੀ ਯਾਨੀ ਸੈਟਰਡੇ ਦਾ ਉਹ ਤਾਂ ਚੋਣ ਮਾਹੌਲ ਦੇ ਵਿੱਚ ਸਾਰਾ ਨਿਕਲ ਗਿਆ ਸੋ ਹੁਣ ਤਾਂ ਬੀਸੀ ਦੇ ਵਿੱਚ ਇੱਕ ਚੁੱਪ ਜਿਹੀ ਫਸਰੀ ਹੋਈ ਹੈ ਸ਼ਾਂਤੀ ਜਿਹੀ ਲੱਗ ਰਹੀ ਹੈ ਕਿਉਂਕਿ ਚੋਣਾਂ ਦਾ ਕੰਮ ਤਾਂ ਹੁਣ ਨੇਪਰੇ ਜਿਹੜਾ ਚੜ ਚੁੱਕਿਆ ਹੈ ਮੁਕੰਮਲ ਹੋ ਚੁੱਕਿਆ ਹੈ ਸੋ ਇਸ ਲਈ ਸ਼ਾਂਤੀ ਹੁਣ ਬਣੀ ਹੋਈ ਹੈ ਕਾਫੀ ਹੱਦ ਤੱਕ ਕੁਝ ਸੀਟਾਂ ਦੀ ਤਸਵੀਰ ਕਲੀਅਰ ਹੋ ਚੁੱਕੀ ਹੈ ਕੁਝ ਜਜੇ ਮੇਲਿਨ ਬੈਲਟ ਦੇ ਵਿੱਚ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਖੈਰ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਸ਼ਾਂਤੀ ਜਈ ਹੋਣ ਬਣ ਗਈ ਹੈ ਵੋਟਾਂ ਦਾ ਕੰਮ ਜਿਹੜਾ ਹੈ ਉਹ ਨੇਪਰੇ ਚੜ ਗਿਆ ਸੋ ਸੰਡੇ ਉਮੀਦ ਕੀਤਾ ਕਰਦੇ ਆ ਕਿ ਸੰਡੇ ਤੁਸੀਂ ਸਾਰਿਆਂ ਨੇ ਵੀ ਸੁੱਖ ਦਾ ਸਾਹ ਲਿਆ ਹੋਣਾ ਘਰ ਦੇ ਵਿੱਚ ਬੈਠੇ ਸਾਰੇ ਗੱਲਾਂ ਕਰਦੇ ਹੋਵੋਗੇ ਕਿ ਮੈਂ ਇਹ ਅੰਦਾਜ਼ਾ ਲਗਾਇਆ ਸੀ ਕਿ ਐਂਡੀ ਵੀ ਜਿੱਤੇਗੀ ਜਾਂ ਮੈਂ ਇਹ ਅੰਦਾਜ਼ਾ ਨੇਚਰਲੀ ਕਿ ਸਭ ਜਦੋਂ ਆਪਾਂ ਇਲੈਕਸ਼ਨ ਤੋਂ ਬਾਅਦ ਫ੍ਰੀ ਹੋ ਜਾਂਦੇ ਆ ਤਾਂ ਆਮ ਲੋਕ ਜਿਹੜੇ ਅਸੀਂ ਹੁੰਨੇ ਆ ਅਸੀਂ ਵੀ ਬਹਿ ਕੇ ਇਹ ਜ਼ਰੂਰ ਗੱਲਾਂ ਕਰਦੇ ਹੁੰਨੇ ਆ ਕਿ ਹਾਂ ਮੈਂ ਕਿਹਾ ਸੀ ਨਾ ਇਸ ਸੀਟ ਤੇ ਉਹ ਜਿੱਤ ਜੇਗਾ ਉਹ ਜਿੱਤ ਜੇਗਾ ਸੋ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਵੀ ਘਰ ਦੇ ਵਿੱਚ ਬੈਠ ਕੇ ਇਹ ਸਾਰੀਆਂ ਗੱਲਾਂ ਜ਼ਰੂਰ ਕੀਤੀਆਂ ਹੋਣੀਆਂ ਸੋ ਚਲੋ ਹੁਣ ਚੋਣ ਮਾਹੌਲ ਤਾਂ ਜਿਹੜਾ ਹੈ ਉਹ ਠੰਡਾ ਪੈ ਚੁੱਕਿਆ ਹੈ ਤੇ ਹੁਣ ਜਿਹੜੀ ਬੀਸੀ ਦੇ ਵਿੱਚ ਹੈ ਨਾ ਉਹ ਠੰਡ ਬਹੁਤ ਵਾਧੀ ਜਾ ਰਹੀ ਹੈ ਤੇ ਆਪਣਾ ਨਾ ਖਿਆਲ ਰੱਖੋ ਸਾਰੇ ਜਣੇ ਔਰ ਠੰਡ ਤੋਂ ਬਚ ਕੇ ਰਵੋ ਕਿਉਂਕਿ ਸ਼ੁਰੂਆਤ ਹੁਣ ਹੋ ਚੁੱਕੀ ਹੈ ਤੇ ਅੱਜ ਤਾਂ ਵੈਸੇ सनी ਜਿਹਾ ਵੈਦਰ ਹੈ ਅੱਜ ਤਾਂ ਧੁੱਪ ਨਿਕਲ ਚੁੱਕੀ ਹੈ ਸੋ ਸੋਹਣਾ ਜਿਹੜਾ ਮੰਡੇ ਕਿਹਾ ਜਾ ਸਕਦਾ ਹੈ ਕਿ ਚੜਿਆ ਹੈ ਸੋ ਅੱਗੇ ਹੁਣ ਆਪਾਂ ਗੱਲ ਹੀ ਕਰ ਲੈਨੇ ਆ ਕਿ ਸੈਟਰਡੇ ਨੂੰ ਜਿਸ ਤਰੀਕੇ ਨਾਲ VOTING ਜਦੋਂ ਮੁਕੰਮਲ ਹੋ ਗਈ ਨਤੀਜੇ ਕੁਝ ਸੀਟਾਂ ਦੇ ਕਲੀਅਰ ਹੋ ਗਏ ਤਾਂ ਕੀ ਕੁਝ ਰਿਹਾ ਫਿਲਹਾਲ ਤਾਂ ਵੈਸੇ ਅੰਦਾਜ਼ੇ ਬੜੀ ਤਰ੍ਹਾਂ ਦੇ ਅਲੱਗ-ਅਲੱਗ ਤਰੀਕੇ ਦੇ ਲਗਾਏ ਜਾ ਰਹੇ ਸੀ ਪਰ ਕੁਝ ਅੰਦਾਜ਼ੇ ਸਹੀ ਵੀ ਬੈਠ ਗਏ ਕੁਝ ਥੋੜੇ ਜੇ ਕਹਿ ਸਕਦੇ ਆ ਕਿ ਡਾਵਾ ਡੋਲਜੇ ਵਾਲੇ ਰਹਿ ਗਏ ਕਿ ਕੁਝ ਸੀਟਾਂ ਤੇ ਬਿਲਕੁਲ ਹੀ ਅਜੀਬ ਜਿਹਾ ਹੀ ਚੇਂਜ ਦੇਖਣ ਨੂੰ ਮਿਲਿਆ ਸੋ ਐਨਡੀਪੀ ਦੇ ਵੱਲੋਂ ਜਿਹੜੀਆਂ ਐਨਡੀਪੀ ਤਾਂ 53 ਸੀਟਾਂ ਜਿਹੜੀਆਂ ਲੈ ਗਈ ਹੈ ਤੇ ਜਿਹੜੇ ਆਪਣੇ ਲਿਬਰਲ ਵਾਲੇ ਨੇ ਲਿਬਰਲ ਵਾਲੇ 27 ਸੀਟਾਂ ਤੇ ਗ੍ਰੀਨ ਪਾਰਟੀ 3 ਸੀਟਾਂ ਲੈ ਗਈ ਸੋ ਇਹ ਸਾਰੇ ਅਪਡੇਟ ਅਸੀਂ ਸਾਰੇ ਦੇਖ ਹੀ ਚੁੱਕੇ ਆ ਤੇ ਇਹ ਕਹਿ ਸਕਦੇ ਆ ਕਿ ਇਹਨਾਂ ਅਪਡੇਟ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਸਪੈਸ਼ਲੀ ਜான் ਹਾਰਗਨ ਨੂੰ ਵਧਾਈ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਜਿਸ ਤਰੀਕੇ ਨਾਲ ਮਹਾਮਾਰੀ ਦੇ ਦੌਰਾਨ ਜਵਾਬ ਜਿਹੜਾ ਹੈ ਉਹ ਪ੍ਰੀਮੀਅਰ ਦੇ ਨਾਲ ਕੰਮ ਕਰਨ ਦੀ ਉਹ ਅੱਗੇ ਉਮੀਦ ਕਰਦੇ ਨੇ ਇਹ ਵਧਾਈ ਦਿੱਤੀ ਹੈ ਜਸਟਨ ਕਰੂਡੋ ਨੇ ਸੋ ਜਿਹੜੇ ਅੰਤਮ ਨਤੀਜੇ ਜਿਹੜੇ ਉਹ ਤਾਂ ਹੁਣ ਜਦੋਂ ਮੇਲ ਇਨ ਬੈਲਟ ਵਾਲੀ ਵੋਟ ਆਏਗੀ ਤਾਂ ਹੀ ਕੁਝ ਪਤਾ ਲੱਗ ਪਾਏਗਾ ਕਿਉਂਕਿ ਕੁਝ ਪਿਕਚਰ ਜਿਹੜੀ ਹੈ ਉਹ ਮੇਲ ਇਨ ਬੈਲਟ ਹੀ ਕਲੀਅਰ ਕਰ ਪਾਏਗੀ ਤਕਰੀਬਨ ਇਹ ਦੱਸ ਦਈਏ ਕਿ 525000 ਮੇਲ ਇਨ ਬੈਲਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ 75000 ਜਿਹੜੀਆਂ ਨੇ ਉਹ ਗੈਰ ਹਾਜ਼ਰ ਜਿਹੜੀਆਂ ਬੈਲਟ ਨੇ ਉਹਨਾਂ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ 11000 ਬੈਲਟ ਜਿਹੜੀਆਂ ਨੇ ਉਹ ਵੀ ਅਜੇ ਕਾਊਂਟ ਹੋਣੀਆਂ ਨੇ ਅਜੇ ਇਹ ਦੇ ਵਿੱਚ ਇੱਕ ਹੋਰ ਅਜੇ ਚੀਜ਼ ਦੇਖੀ ਜਾਣੀ ਹੈ ਚੋਣ ਕਮਿਸ਼ਨ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਕੁਝ ਵੋਟ ਜਿਹੜੀ ਹੈ ਉਹ ਵੀ ਖਿਆਲ ਰੱਖਣਾ ਪਏਗਾ ਕਿ ਇਨ ਪਰਸਨ ਕੁਝ ਲੋਕ ਇਨ ਪਰਸਨ ਵੀ ਵੋਟ ਪਾ ਜਾਂਦੇ ਨੇ ਵਿਅਕਤੀਗਤ ਤੌਰ ਦੇ ਉੱਤੇ ਵੀ ਵੋਟ ਪਾ ਗਏ ਤੇ ਮੇਲ ਇਨ ਬੈਲਟ ਦੇ ਜ਼ਰੀਏ ਵੀ ਉਹਨਾਂ ਨੇ ਆਪਣੀ ਵੋਟ ਜਿਹੜੀ ਹੈ ਪੂਗਤਾਈ ਹੈ ਉਸ ਤੇ ਵੀ ਧਿਆਨ ਰੱਖਣਾ ਪਏਗਾ ਉਹ ਵੀ ਇੱਕ ਫੈਕਟਰ ਮੰਨਿਆ ਜਾ ਰਿਹਾ ਉਸ ਦਾ ਵੀ ਖਾਸ ਖਿਆਲ ਰੱਖਣਾ ਪਏਗਾ ਕਿਉਂਕਿ 2009 ਦੇ ਵਿੱਚ ਇਸ ਤਰ੍ਹਾਂ ਹੋ ਚੁੱਕਾ ਹੈ ਕਿ ਇੱਕ ਵਿਅਕਤੀ ਨੇ ਘੱਟੋ ਘੱਟ 5 ਵਾਰੀ ਆਪਣੀ ਵੋਟ ਜਿਹੜੀ ਹੈ ਪਾਈ ਸੀ ਵਿਅਕਤੀਗਤ ਤੌਰ ਦੇ ਉੱਤੇ ਵੀ ਉਸ ਨੇ ਆਪਣੀ ਵੋਟ ਪੂਗਤਾਈ ਸੀ ਤੇ ਮੇਲ ਇਨ ਬੈਲਟ ਦੇ ਜ਼ਰੀਏ ਵੀ ਉਸਨੇ ਆਪਣੀ ਵੋਟ ਜਿਹੜੀ ਭੇਜੀ ਹੋਈ ਸੀ ਖੈਰ ਉਸ ਵਿਅਕਤੀ ਦਾ ਪਤਾ ਤਾਂ ਚੱਲ ਗਿਆ ਸੀ ਬਾਅਦ ਦੇ ਵਿੱਚ ਇਸ ਤੋਂ ਪਹਿਲਾਂ ਕਿ ਕਾਰਵਾਈ ਹੁੰਦੀ ਉਹ ਵਿਅਕਤੀ ਛਿਲੀ ਚਲਾ ਗਿਆ ਸੀ ਸੋ ਇਸ ਲਈ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਚੀਜ਼ ਦਾ ਖਿਆਲ ਇਲੈਕਸ਼ਨ ਕਮਿਸ਼ਨ ਨੇ ਰੱਖਣਾ ਹੈ ਇਹ ਵੀ ਦੇਖਣਾ ਉਹਨਾਂ ਨੇ ਹੈਗਾ ਹੈ ਕਿ ਜਿਹੜੀ ਸਹੀ ਤਰੀਕੇ ਨਾਲ ਜਿਹੜਾ ਵੋਟ ਪਹੁੰਚਾਈ ਗਈ ਹੋਵੇ ਮੇਲ ਇਨ ਬੈਲਟ ਦੇ ਵਿੱਚ ਇਨ ਪਰਸਨ ਵਿਅਕਤੀ ਜਿਹੜਾ ਵੋਟ ਪਾ ਚੁੱਕਿਆ ਉਹ ਵਾਲੀ ਵੋਟ ਵੀ ਨਾ ਹੋਵੇ ਸੋ ਚਲੋ ਦੇਖਦੇ ਹਾਂ ਕਿ ਹੁਣ ਜਦੋਂ ਮੇਲ ਇਨ ਬੈਲਟ ਦੀਆਂ ਵੋਟਾਂ ਦੀ ਗਿਣਤੀ ਹੋਏਗੀ ਤਾਂ ਉਸ ਵੇਲੇ ਕੋਈ ਚੇਂਜ ਆ ਸਕਦਾ ਹੈ ਕੋਈ ਵੱਡਾ ਬਦਲਾ ਦੇਖਣ ਨੂੰ ਮਿਲ ਸਕਦਾ ਹੈ ਅਜਿਹੇ ਦੇ ਵਿੱਚ ਇੱਕ ਗੱਲ ਤਤ ਹੈ ਬਿਲਕੁਲ ਉਹੀ ਚੀਜ਼ ਹੋਈ ਹੈ ਜੋ ਨਿਊ ਬਰਾਂਸਵਿਕ ਦੇ ਵਿੱਚ ਹੋਈ ਬੀਸੀ ਦੇ ਵਿੱਚ ਵੀ ਐਜ਼ ਇਟ ਇਜ਼ ਉਹੀ ਦੇਖਣ ਨੂੰ ਮਿਲਿਆ ਸੇਮ ਉਹੀ ਚੀਜ਼ ਕੋਰੋਨਾ ਮਹਾਮਾਰੀ ਦੇ ਦੌਰਾਨ ਇਲੈਕਸ਼ਨ ਕਰਵਾਏ ਗਏ ਜਲਦਬਾਜ਼ੀ ਦੇ ਵਿੱਚ ਇਲੈਕਸ਼ਨ ਹੋਏ ਅਨਾਉਂਸਮੈਂਟ ਹੋ ਗਈ ਤੇ ਮੈਜੋਰਿਟੀ ਦੀ ਸਰਕਾਰ ਜਿਹੜੀ ਹੈ ਉਹ ਬਣ ਗਈ ਕਿਉਂਕਿ ਨਿਊ ਬਰਾਂਸਵਿਕ ਦੇ ਵਿੱਚ ਵੀ ਇਲੈਕਸ਼ਨ ਜਦੋਂ ਹੋਏ ਦਾ ਇਦਾਂ ਹੀ ਹੋਇਆ ਮਨੋਰਿਟੀ ਸਰਕਾਰ ਜਿਹੜੀ ਆ ਮੈਜੋਰਿਟੀ ਸਰਕਾਰ 'ਚ ਤਬਦੀਲ ਹੋ ਗਈ ਸੇਮ ਬੀਸੀ ਦੇ ਵਿੱਚ ਵੀ ਇਹੀ ਚੀਜ਼ ਹੋਣ ਹੋਣ ਜਾ ਰਹੀ ਹੈ ਸੋ ਇਹ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਹਨੇਰੇ ਦੇ ਵਿੱਚ ਤੀਰ ਮਾਰਿਆ ਸੀ ਜான் ਹਾਰਗਨ ਹੋਰਾਂ ਨੇ ਉਹ ਕਿਤੇ ਨਾ ਕਿਤੇ ਨਿਸ਼ਾਨੇ ਤੇ ਬੈਠ ਗਿਆ ਇੱਕ ਜੂਆ ਹੀ ਖੇਡਿਆ ਸੀਗਾ ਇਸ ਵੇਲੇ ਉਹਨਾਂ ਨੇ ਇਲੈਕਸ਼ਨ ਅਨਾਉਂਸ ਕਰਕੇ ਪਰ ਉਹ ਜੂਏ ਦੇ ਵਿੱਚ ਐਨਡੀਪੀ ਨੂੰ ਰਾਸ ਜ਼ਰੂਰ ਆ ਗਿਆ ਇਹ ਵੀ ਕਹਿ ਸਕਦੇ ਹਾਂ ਕਿ ਕਰੋਨਾ ਵਾਇਰਸ ਜਿਹੜਾ ਹੈ ਉਹ ਕਿਸੇ ਕਿਸੇ ਨੂੰ ਜਿਹੜਾ ਬਹੁਤੀ ਵਾਰਾ ਖਾ ਗਿਆ ਜਿਵੇਂ ਕਿ ਬੀਸੀ ਸਰਕਾਰ ਨੂੰ ਨਿਊ ਬ੍ਰਾਂਸਵਿਕ ਦੇ ਵਿੱਚ ਵੀ ਜਿਵੇਂ ਹੋਇਆ ਤੇ ਕਿਸੇ ਕਿਸੇ ਨੂੰ ਬਹੁਤ ਘਾਟਾ ਵੀ ਪਾ ਗਿਆ ਜਿਵੇਂ ਕਿ ਲਿਬਰਲ ਸੋ ਇਹ ਕਹਿ ਸਕਦਾ ਹੈ ਕਿ ਕਰੋਨਾ ਜਿਹੜਾ ਕਿਸੇ ਨੂੰ ਤਾਂ ਬਹੁਤ ਹੀ ਜ਼ਿਆਦਾ ਸੈਟ ਬੈਠ ਗਿਆ ਸੋ ਹੁਣ ਬਹੁਤ ਹੀ ਵੱਡੀ ਗੱਲ ਹੈ ਕਿ ਬਹੁਤ ਸਾਰੀਆਂ ਸੀਟਾਂ ਅਜਹੀਆਂ ਸਨ ਜਿਨ੍ਹਾਂ ਦੇ ਉੱਤੇ ਅੰਦਾਜ਼ੇ ਵੀ ਨਹੀਂ ਲੱਗ ਪਾਰੇ ਸੀ ਕਿ ਕੀ ਹੋਏਗਾ ਪਰ ਐਨਡੀਪੀ ਦੇ ਸਾਰੇ ਜਿਹੜੇ ਲੀਡਰ ਸੀ ਤਕਰੀਬਨ ਆਪਣੀਆਂ ਜਿਹੜੀਆਂ ਸੀਟਾਂ ਉਹ ਜਿੱਤੀ ਗਏ ਨੌ ਪੰਜਾਬੀ ਜਿਹੜੇ ਨੇ ਉਹ ਇਸ ਵਾਰ ਮੈਦਾਨ ਦੇ ਵਿੱਚ ਜਿਹੜੇ ਨੇ ਫਤਿਹ ਪਾ ਚੁੱਕੇ ਨੇ ਨੌ ਪੰਜਾਬੀ ਤੇ ਇਹ ਵੱਡੀ ਗੱਲ ਹੈ ਕਿਉਂਕਿ ਜਿਹੜੀਆਂ ਐਨਡੀਪੀ ਦੀਆਂ ਬਹੁਤ ਹੀ ਜ਼ਿਆਦਾ ਅਹਿਮ ਸੀਟਾਂ ਸੀਗੀਆਂ ਉਹ ਸਾਰੀਆਂ ਐਨਡੀਪੀ ਦੇ ਜਿਹੜੇ ਮੈਂਬਰ ਨੇ ਐਨਡੀਪੀ ਦੇ ਜਿਹੜੇ ਕੈਂਡੀਡੇਟਸ ਸੀ ਉਹਨਾਂ ਨੇ ਜਿੱਤ ਲਿਆ ਜਿਨ੍ਹਾਂ ਦੇ ਵਿੱਚ ਜਿਨੇ ਸਿਮਜ਼ ਰਚਨਾ ਸਿੰਘ ਨਿੱਕੀ ਸ਼ਰਮਾ ਅਮਨਦੀਪ ਸਿੰਘ ਇਸ ਤੋਂ ਇਲਾਵਾ ਇਹਨਾਂ ਦੀ ਆਪਾਂ ਗੱਲ ਕਰ ਲਈ ਤਾਂ ਹੋਰ ਜਿਹੜੇ ਨੇ ਆਪਣਾ ਹੈਰੀ ਬੈਂਸ ਹੋਰੀ ਸੋ ਇਸ ਲਈ ਬਹੁਤ ਸਾਰੇ ਅਜਿਹੇ ਕੈਂਡੀਡੇਟ ਨੇ ਰਵੀ ਕਾਲੋ ਇਹ ਸਾਰੇ ਜਗਰੂ ਬਰਾੜ ਜੀ ਇਹ ਸਭ ਆਪਣੀਆਂ ਸੀਟਾਂ ਜੜੀਆਂ ਨੇ ਇਹ ਜਿੱਤ ਚੁੱਕੇ ਨੇ ਲਿਬਰਲ ਦੀ ਹਾਲਾਂਕਿ ਕਹੀ ਜਾ ਰਹੀ ਸੀ ਕਿ ਇਸ ਵਾਰ ਕਈ ਥਾਵਾਂ ਦੇ ਉੱਤੇ ਨਵੇਂ ਕੈਂਡੀਡੇਟਸ ਵੀ ਉਤਾਰੇ ਗਏ ਨੇ ਸੋ ਮੁਕਾਬਲਾ ਹੋ ਸਕਦਾ ਹੈ ਕਿ ਕੁਝ ਡਿਫਰੈਂਟ ਹੋ ਜਾਏ ਪਰ ਅਜੇ ਹੁਆ ਨਹੀਂ ਹੈ ਤਕਰੀਬਨ ਐਨਡੀਪੀ ਜੜੀ ਹੈ ਉਹ ਆਪਣੀਆਂ ਸੀਟਾਂ ਸਾਰੀਆਂ ਲੈ ਗਈ ਹੈ ਹਾਲਾਂਕਿ ਆਪਣੀਆਂ ਦੇ ਨਾਲ-ਨਾਲ ਕੁਝ ਸੀਟਾਂ ਲਿਬਰਲਸ ਜਾਂ ਵੀ ਖਿੱਚ ਕੇ ਲੈ ਗਈ ਹੈ ਤੇ ਆਪਣੇ ਵਿਰੋਧੀ ਲਿਬਰਲਸ ਨੂੰ ਐਨਡੀਪੀ ਨੇ ਕਿਤੇ ਨਾ ਕਿਤੇ ਜਿਹੜਾ ਉਹ 41 ਤੋਂ ਵੀ ਥੱਲੇ ਲਿਆਂਦਾ 30 ਤੋਂ ਵੀ ਉਹਨਾਂ ਨੇ ਥੱਲੇ ਕਰ ਦਿੱਤਾ ਹੈ ਲਿਪਰਲਸ ਨੂੰ ਸੋ ਐਨ ਡੀ ਪੀ ਦੀਆਂ ਸੀਟਾਂ ਦੇ ਵਿੱਚ ਐਨ ਡੀ ਪੀ ਦੀਆਂ ਸੀਟਾਂ ਦੇ ਵਿੱਚ ਕਹਿ ਸਕਦਾ ਕਿ ਬੜੋਤਰੀ ਹੋਈ ਹੈ ਦੂਜੇ ਪਾਸੇ ਗ੍ਰੀਨ ਪਾਰਟੀ ਹੈ ਉਹ ਆਪਣੀਆਂ ਤਿੰਨੋਂ ਸੀਟਾਂ ਜਿਹੜੀਆਂ ਨੇ ਉਹ ਲੈ ਗਏ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ ਸੋ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੋਰਗਾ ਨਾ ਹੋਰੀ ਇਸ ਵੇਲੇ ਹੋਰਗਨ ਸਰਕਾਰ ਖੁਸ਼ ਹੈ ਸਾਰੇ ਕੈਂਡੀਡੇਟ ਵੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੀਆਂ ਸਾਰੀਆਂ ਸੀਟਾਂ ਜਿਹੜੀਆਂ ਹਾਸਲ ਕਰਨ ਦੇ ਨਾਲ ਨਾਲ ਕੁਝ ਉਹ ਸੀਟਾਂ ਵੀ ਹਾਸਲ ਕੀਤੀਆਂ ਨੇ ਜਿਹੜੀਆਂ ਕਿ ਲਿਬਰਲਜ਼ ਆ ਗੜ ਮੰਨੀਆਂ ਜਾਂਦੀਆਂ ਸੀ ਜੀ ਹਾਂ ਬਹੁਤ ਸਾਰੀਆਂ ਅਜਿਹੀਆਂ ਸੀਟਾਂ ਸਿਗੀਆਂ ਜਿਹੜੀਆਂ ਵਾਕਈ ਲਿਬਰਲਜ਼ ਆ ਗੜਸੀ ਤੇ ਲੱਗਦਾ ਹੀ ਨਹੀਂ ਸੀਗਾ ਵੀ ਲਿਬਰਲਜ਼ ਦੇ ਤੋਂ ਉਹ ਜਿਹੜੀਆਂ ਉਹਨਾਂ ਦੇ ਕੋਲੋਂ ਸੀਟਾਂ ਖੋਸ ਸਕਦੀਆਂ ਨੇ ਜਿਹੜੀਆਂ ਕਿ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਲੰਬੇ ਸਮੇਂ ਤੋਂ ਜਿਹੜਾ ਲਿਬਰਲ ਦਾ ਗੜ ਹੀ ਬਣਿਆ ਜਾ ਰਿਹਾ ਸੀ ਸੋ ਅਜਿਹੇ ਦੇ ਵਿੱਚ ਹੁਣ ਚੋਣਾਂ ਦੇ ਦੌਰਾਨ ਕੀਤੇ ਗਏ ਜਿਹੜੇ ਵਾਦੇ ਸੀ ਉਹ ਐਨਡੀਪੀ ਦੇ ਲਈ ਜਿਹੜੇ ਨੇ ਉਹ ਹੁਣ ਨਿਭਾਉਣੇ ਜਿਹੜੇ ਨੇ ਉਹ ਇੱਕ ਵੱਡੀ ਚੁਣੌਤੀ ਹੋਏਗੀ ਕਿਉਂਕਿ ਸਿੱਖਿਆ ਇਸ ਤੋਂ ਇਲਾਵਾ ਕਹਿ ਸਕਦੇ ਹਾਂ ਕਿ ਟੈਕਸ ਪੁਲ ਬਣਾਉਣਾ ਸੜਕਾਂ ਹੈਲਥ ਕੇਅਰ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਚੈਲੰਜਸ ਨੇ ਜਿਸ ਦੇ ਉੱਤੇ ਕਾਫੀ ਹੱਦ ਤੱਕ ਹੁਣ ਐਨਡੀਪੀ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਸੋ ਕੋਰੋਨਾ ਦਾ ਅਸਰ ਹੁਣ ਲਗਭਗ ਕਹਿ ਸਕਦੇ ਹਾਂ ਕਿ ਇਲੈਕਸ਼ਨਸ ਦੇ ਉੱਤੇ ਤਾਂ ਨਾ ਹੀ ਬਰਾਬਰ ਕਹਿ ਸਕਦੇ ਹਾਂ ਕਿਉਂਕਿ ਇਲੈਕਸ਼ਨਸ ਜਿਵੇਂ ਹੋਣੇ ਸੀਗੇ ਉਹ ਹੋ ਕੇ ਹੀ ਰਹੇ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਵੀ ਪੈਦਾ ਨਹੀਂ ਹੋਈ ਹੈ ਸੋ ਇਹ ਕਹਿ ਸਕਦੇ ਹਾਂ ਕਿ ਕੁਝ ਮੁਕਾਬਲੇ ਜਿਹੜੇ ਨੇ ਉਹ ਕਾਫੀ ਫਸਵੇਂ ਵੀ ਰਹੇ ਐਨਡੀਪੀ ਦੇ ਤਕਰੀਬਨ ਪੰਜਾਬੀ ਮੂਲ ਦੇ ਸਾਰੇ ਹੀ ਜਿੰਨੇ ਵੀ ਉਮੀਦਵਾਰ ਸੀ ਉਹ ਆਪਣੀਆਂ ਸੀਟਾਂ ਜਿੱਤ ਗਏ ਨੇ ਉਹ ਚੁਣੇ ਗਏ ਨੇ ਸੋ ਅਮਨਦੀਪ ਸਿੰਘ ਇਸਟ ਕਹਿ ਸਕਦਾ ਕਿ ਅਮਨਦੀਪ ਸਿੰਘ ਜਿਹੜੇ ਨੇ ਉਹ ਨਿਊ ਇਲੈਕਟਡ ਹੋਏ ਨੇ ਤੇ ਇਸ ਦੇ ਵਿੱਚ ਜਿਹੜੇ ਨਿਕੇਸ਼ ਸ਼ਰਮਾ ਨਿਕੇਸ਼ ਸ਼ਰਮਾ ਵੀ ਨਿਊ ਇਲੈਕਟ ਹੋਏ ਨੇ ਸੋ ਇਹ ਦੋ ਸੀਟਾਂ ਅਹਿਮ ਹੁਣ ਮੰਨੀਆਂ ਜਾਂਦੀਆਂ ਦੇ ਅਮਨਦੀਪ ਸਿੰਘ ਪਹਿਲੇ ਦਸਤਾਰਤਾਰੀ ਅਜਿਹੇ ਸਿੱਖ ਨੇ ਜਿਹੜੇ ਕਿ ਅਸੈਂਬਲੀ ਦੇ ਵਿੱਚ ਜਾਣਗੇ ਤੇ ਕਮਿਊਨਿਟੀ ਦੀ ਆਵਾਜ਼ ਬਣਨਗੇ ਸੋ ਇੱਕ ਚੰਗੀ ਗੱਲ ਵੀ ਕਹੀ ਜਾ ਸਕਦੀ ਹੈ ਕਿਉਂਕਿ ਪਿਛਲੀ ਵਾਰ ਵੀ ਇਸੇ ਸੀਟ ਤੋਂ ਯਾਨੀ ਕੁਇਨਸਬਰੋ ਤੋਂ ਅਮਨਦੀਪ ਸਿੰਘ ਚੌੜ ਮੈਦਾਨ ਦੇ ਵਿੱਚ ਸੀ ਪਰ ਉਸ ਵੇਲੇ ਉਹ ਇਲੈਕਸ਼ਨ ਜਿੱਤ ਨਹੀਂ ਪਾਏ ਸੀ ਪਰ ਇਸ ਵਾਰ ਉਹਨਾਂ ਨੇ ਵੀ ਇਹ ਮੈਦਾਨ ਜਿਹੜਾ ਹੈ ਫਤਿਹ ਪਾ ਲਿਆ ਸੋ ਕਹਿ ਸਕਦੇ ਆ ਕਿ ਹੁਣ ਐਨਡੀਪੀ ਦੇ ਸਾਰੇ ਕੈਂਡੀਡੇਟਸ ਨੇ ਜੋ ਜੋ ਵਾਅਦੇ ਕੀਤੇ ਸੀਗੇ ਉਹ ਜਿਹੜੇ ਨੇ ਕਿੰਨੇ ਕੁ ਪੂਰੇ ਕਰpanਗੇ ਇਹ ਇੱਕ ਵੱਡਾ ਸਵਾਲ ਵੀ ਹੈ ਤੇ ਵੱਡੀ ਚੁਣੌਤੀ ਵੀ ਹੈ ਉਹਨਾਂ ਦੇ ਲਈ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਹੁਣ ਜੇ ਮੈਜੋਰਟੀ ਦੀ ਸਰਕਾਰ ਹੈ ਤਾਂ ਕਿਤੇ ਨਾ ਕਿਤੇ ਐਨਡੀਪੀ ਦਾ ਇਹ ਕਹਿਣਾ ਹੈ ਕਿ ਉਹਨਾਂ ਲਈ ਆਸਾਨ ਹੋਏਗਾ ਕਿ ਜਿਹੜੇ ਜਿਹੜੇ ਮੁੱਦੇ ਸੀ ਉਹ ਉਹਨਾਂ ਤੇ ਗੌਰ ਕਰ ਸਕਣ ਤੇ ਉਹਨਾਂ ਨੂੰ ਜਿਹੜਾ ਕੰਪਲੀਟ ਕਰਕੇ ਜਿਵੇਂ ਕਿ ਟੈਕਸ ਜਾਂ ਸਿੱਖਿਆ ਜਾਂ ਸਕੂਲਾਂ ਦਾ ਜਾਂ ਹੈਲਥ케ਅਰ ਚਾਈਲਡ ਕੇਅਰ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਉਹ ਕਹਿੰਦੇ ਨੇ ਕਿ ਹੁਣ ਸਾਨੂੰ ਆਸਾਨੀ ਹੋਏਗੀ ਜੇ ਮੈਜੋਰਟੀ ਦੀ ਸਾਡੀ ਸਰਕਾਰ ਹੈ ਤਾਂ ਅਸੀਂ ਇਹਨਾਂ ਜਿਹੜੇ ਸਾਰੇ ਜਿਹੜੇ ਮੁੱਦੇ ਜਿਹੜੇ ਖਾਸ ਕਰਕੇ ਚੋਣਾਂ ਦੇ ਵਿੱਚ ਰੱਖੇ ਗਏ ਸੀ ਉਹਨਾਂ ਦੇ ਉੱਤੇ ਕੰਮ ਕਰਨ ਦੇ ਵਿੱਚ ਸਾਨੂੰ ਜਿਹੜੀ ਹੈ ਉਹ ਆਸਾਨੀ ਜਿਹੜੀ ਹੈ ਉਹ ਹੋਵੇਗੀ ਸੋ ਲਿਬਰਲ ਨੇ ਹੁਣ ਆਪਣੀ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਦਿਖਾਇਆ ਹਾਲਾਂਕਿ ਲੱਗੇ ਤਾਂ ਰਹੀ ਸੀ ਪਰ ਜ਼ਾਇਰ ਜੀ ਗੱਲ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਲਿਬਰਲਸ ਇਹ ਕਹਿ ਰਹੇ ਸੀ ਕਿ ਅਸੀਂ ਅਜੇ ਤਿਆਰ ਨਹੀਂ ਆ ਬਟ ਇੱਕਦਮ ਜਿਸ ਤਰੀਕੇ ਨਾਲ ਅਨਾਉਂਸਮੈਂਟ ਜੌਨ ਹਾਰਗਨ ਨੇ ਕਰ ਦਿੱਤੀ ਉਹ ਕਿਤੇ ਨਾ ਕਿਤੇ ਉਹਨਾਂ ਨੇ ਗਲਤ ਫੈਸਲਾ ਕੀਤਾ ਸੋ ਹੁਣ ਫੈਸਲਾ ਸਹੀ ਸੀ ਜਾਂ ਗਲਤ ਸੀ ਪਰ ਲਿਬਰਲ ਨੂੰ ਕਿਤੇ ਨਾ ਕਿਤੇ ਇਹ ਕਾਫੀ ਜ਼ਿਆਦਾ ਕਾਟਾ ਪਾ ਗਿਆ ਅਗੇ ਇਹ ਦੱਸਦੀ ਹੈ ਕਿ ਹੁਣ ਜான் ਹਾਰਗਨ ਜਿਹੜੇ ਨੇ ਉਹ ਮੁਖਾਤਬ ਹੋਏ ਸੰਡੇ ਨੂੰ ਉਹਨਾਂ ਨੇ ਜਿਹੜੀ ਹੈ ਲੋਕਾਂ ਦੇ ਨਾਲ ਗੱਲਬਾਤ ਕੀਤੀ ਇੱਕ ਪ੍ਰੈਸ ਕਾਨਫਰੰਸ ਕੀਤੀ ਜான் ਹਾਰਗਨ ਨੇ ਇਹ ਕਹਿ ਦਿੱਤਾ ਹੈ ਕਿ ਹਜੇ ਜਿਹੜਾ ਸੈਲੀਬ੍ਰੇਸ਼ਨ ਹੈ ਉਹ ਤਾਂ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਮੇਲਿੰਗ ਬੈਲਟ ਹੈਗੀਆਂ ਉਹ ਗਿਨੀਆਂ ਜਾਣੀਆਂ ਬਾਕੀ ਨੇ ਉਸ ਦਾ ਇੰਤਜ਼ਾਰ ਕਰਨਾ ਉਹਨਾਂ ਨੇ ਕਿਹਾ ਬਣਦਾ ਹੈ ਬੇਸ਼ੱਕ ਮジョਰਿਟੀ ਦੀ ਸਰਕਾਰ ਬਣਾਉਣ ਦੇ ਕਰੀਬ ਉਹ ਪਹੁੰਚ ਚੁੱਕੇ ਨੇ ਮジョਰਿਟੀ ਦੀ ਸਰਕਾਰ ਉਹਨਾਂ ਦੀ ਬੰਨੀ ਹੈ ਪਰ ਅਜੇ ਅਸੀਂ ਸੈਲੀਬ੍ਰੇਟ ਨਹੀਂ ਕਰਾਂਗੇ ਵਿਧਾਨ ਸਭਾ ਦਾ ਵੀ ਉਹਨਾਂ ਕਿਹਾ ਕਿ ਅਜੇ ਅਸੀਂ ਰੁਕ ਨਹੀਂ ਸਕਦੇ ਵਾਪਸ ਨਹੀਂ ਜਾ ਸਕਣਗੇ ਕਿ ਹਜੇ ਜਿਹੜਾ ਬਹੁਤ ਸਾਰਾ ਮੇਲ ਇਨ ਬੈਲਟ ਦੀਆਂ ਵੋਟਾਂ ਗਿਨੀਆਂ ਬਾਕੀ ਨੇ ਕਿਉਂਕਿ ਉਹ ਵੋਟਾਂ ਗਿਨੀਆਂ ਜਾਣਗੀਆਂ ਤਾਂ ਕੁਝ ਤਸਵੀਰ ਹੋਰ ਕਲੀਅਰ ਹੋ ਜਾਏਗੀ ਸੋ ਉਹਨਾਂ ਨੇ ਇਸ ਲਈ ਕਿਹਾ ਕਿ ਹਜੇ ਸਾਡੀ ਜਿਹੜੀ ਮੁੱਖ ਤਰਜੀਹ ਹੈ ਉਹ ਇਹ ਨਿਸ਼ਚਿਤ ਕਰਦਾ ਹੈ ਕਿ ਮਹਾਮਾਰੀ ਦੇ ਦੌਰਾਨ ਕਿਵੇਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਸੇਵਾਵਾਂ ਉਪਲਬਧ ਨੇ ਹਾਰਗਨਿਕ ਨੇ ਕਿਹਾ ਸਾਨੂੰ ਕਲਾਈਮੇਟ ਐਕਸ਼ਨ ਪਲਾਨ ਤੇ ਜਿਹੜੀ ਹੈ ਉਹ ਕੰਮ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਹੁਣ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਹੈ ਤਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕਾਰੋਬਾਰਾਂ ਛੋਟੇ ਪਾਈ ਛੋਟੇ ਕਾਰੋਬਾਰਾਂ ਇਚਾਰੇ ਦੇ ਸੈੱਡ ਸਪਾਟਾ ਖੇਤਰ ਤੇ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਕਹਿੰਿਆ ਕਿ ਮੇਰਾ ਮੰਨਣਾ ਹੈ ਕਿ ਅੱਗੇ ਵਧਣ ਦਾ ਸਭ ਤੋਂ ਜਿਹੜਾ ਵਧੀਆ ਤਰੀਕਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰ ਵਿਅਕਤੀਆਂ ਕਾਰੋਬਾਰਾਂ ਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਦੇ ਉੱਤੇ ਕੇਂਦ੍ਰਿਤ ਕਰੇ ਇਹ ਵੀ ਕਿਹਾ ਆਰਗਨ ਨੇ ਕਿ ਅਸੀਂ ਅਜਿਹਾ ਕਰਨ ਦੇ ਯੋਗ ਹੋਵਾਂਗੇ ਆਉਣ ਵਾਲੀ ਫਾਲ ਤੇ ਅਗਲੀ ਸਪ੍ਰਿੰਗ ਤੱਕ ਵੀ ਅਸੀਂ ਇੱਕ ਐਕਸਟਰਾ ਆਰਡੀਨਰੀ ਉਹਨਾਂ ਕਿਹਾ ਕਿ ਬਜਟ ਲਿਆਵਾਂਗੇ ਜਿਸ ਤੇ ਤਰਜੀਹ ਹੋਏਗੀ ਕਿ ਜਿਹੜੀਆਂ ਬਜਟ ਦੌਰਾਨ ਚੀਜ਼ਾਂ ਲਿਆਂ ਜਾਂ ਜਾਣ ਉਹ ਲੋਕਾਂ ਦੇ ਜਿਹੜੀਆਂ ਨੇ ਹੱਕ ਦੇ ਲਈ ਹੋਣਗੀਆਂ ਲੋਕਾਂ ਦੇ ਹਿੱਤ ਦੇ ਲਈ ਹੋਣਗੀਆਂ ਇਹ ਆਰਗਨ ਨੇ ਅਨਾਉਂਸਮੈਂਟ ਕੀਤੀ ਹੈ ਉਹਨਾਂ ਇਹਨਾਂ ਗੱਲਾਂ ਦੇ ਉੱਤੇ ਖਾਸ ਤਵੱਜੋ ਦਿੱਤੀ ਹੈ ਜੌਨ ਹਾਰਗਨ ਨੇ ਇਹ ਵੀ ਕਿਹਾ ਕਿ ਰੂਰਲ ਬੀਸੀ ਦੀਆਂ ਚੁਣੌਤੀਆਂ ਦੇ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਵੱਲ ਵੀ ਉਹ ਗੌਰ ਕਰਨਗੇ ਇਸ ਤੋਂ ਇਲਾਵਾ ਸਫਲਤਾ ਉਹਨਾਂ ਦੇ ਉਮੀਦਵਾਰਾਂ ਦੇ ਨਾਲ ਜੁੜੀ ਹੈ ਇਹ ਜੌਨ ਹਾਰਗਨ ਕਹਿੰਦੇ ਹੋਏ ਮੁਸਕਰਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਜਿੰਨੇ ਵੀ ਉਮੀਦਵਾਰ ਹੈਗੇ ਸੀਗੇ ਸਵਾਰ ਦੇ ਇਲੈਕਸ਼ਨਸ ਦੇ ਵਿੱਚ ਉਹ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਲੋਕਾਂ ਦੇ ਮੁਖਾਤਿਬ ਹੋਏ ਨੇ ਮੁੱਦਿਆਂ ਦੀ ਉਹਨਾਂ ਨੇ ਗੱਲ ਕੀਤੀ ਹੈ ਇਸ ਲਈ ਜਿਹੜੀ ਸਫਲਤਾ ਹੈ ਉਹਨਾਂ ਦੇ ਉਮੀਦਵਾਰਾਂ ਨੂੰ ਮਿਲੀ ਹੈ ਇਹ ਕਾਫੀ ਕੌਨਫੀਡੈਂਸ ਦੇ ਨਾਲ ਚੌਨ ਹਾਰਗਨ ਨੇ ਇਹ ਗੱਲ ਕਹੀ ਹੈ ਹਾਰਗਨ ਨੇ ਕਿਹਾ ਕਿ ਐਂਡੀਪੀ ਪਲੇਟਫਾਰਮ ਜਿਹੜਾ ਹੈ ਉਹ ਵੱਡੇ ਪੱਧਰ ਤੇ ਬਣਾਇਆ ਗਿਆ ਹੈ ਸੋ ਇਸ ਦੀ ਜ਼ਰੂਰਤ ਜਿਹੜੀ ਹੈ ਉਸ ਨੂੰ ਧਿਆਨ ਚ ਵੀ ਰੱਖਿਆ ਜਾਏਗਾ ਤੇ ਸ਼ੁਰੂਆਤ ਨੂੰ ਜਾਰੀ ਰੱਖਣ ਦਾ ਉਹ ਵਾਅਦਾ ਵੀ ਕਰਦੇ ਨੇ ਜਿਸ ਦੇ ਵਿੱਚ ਜਿਹੜੇ ਚਾਈਲਡ ਡੇ ਕੇਅਰ ਤੇ ਰੈਂਟ ਫ੍ਰੀਜ਼ ਕਰਨਾ ਉਹਨਾਂ ਕਹਿੰਦੇ ਕਿ ਸਾਲ ਦੇ ਜਿਹੜੇ ਅਖੀਰ ਤੱਕ ਹੈ ਉਹ ਜ਼ਰੂਰ ਹੋ ਜਾਣਗੇ ਸੋ ਫਿਲਹਾਲ ਜਿਹੜਾ ਲੱਖਾਂ ਵੋਟ ਮੇਲ ਇਨ ਵੈਲਿਡ ਦੇ ਵਿੱਚ ਨੇ ਉਸ ਦਾ ਇੰਤਜ਼ਾਰ ਕਰਨਾ ਬਾਕੀ ਹੈ ਸੋ ਇਹ ਕਹਿ ਸਕਦੇ ਹਾਂ ਕਿ ਜੌਨ ਹਾਰਗਨ ਹੁਣ ਕਹਿ ਰਹੇ ਨੇ ਕਿ ਜਿਹੜੇ ਵਾਦੇ ਲੋਕਾਂ ਦੇ ਨਾਲ ਕੀਤੇ ਗਏ ਨੇ ਉਹ ਅਸੀਂ ਪੂਰੇ ਜ਼ਰੂਰ ਕਰਾਂਗੇ ਜਿਹੜੇ ਜਿਹੜੇ ਵਾਦੇ ਇਸ ਸਾਲ ਦੇ ਐਂਡ ਤੱਕ ਉਹਨਾਂ ਕਿਹਾ ਸੀ ਕਿ ਇਹ ਜ਼ਰੂਰ ਅਸੀਂ ਇਨ੍ਹਾਂ ਤੇ ਗੌਰ ਕਰਾਂਗੇ ਉਹ ਵੀ ਸਾਲ ਦੇ ਅੰਤ ਤੱਕ ਹੋ ਜਾਣਗੇ ਸੋ ਖੈਰ ਹੁਣ ਦੇਖਦੇ ਹਾਂ ਕਿ ਜੌਨ ਹਾਰਗਨ ਜਿਹੜੀ ਸਰਕਾਰ ਹੈ ਇਹ ਜான் ਹਾਰਗਨ ਜੇ ਮジョਰਿਟੀ ਲੈ ਆਏ ਗਏ ਨੇ ਤਾਂ ਕੀ ਉਹ ਇਹਨਾਂ ਮੁੱਦਿਆਂ ਦੇ ਉੱਤੇ ਧਿਆਨ ਦੇਣਗੇ ਇਹ ਵੀ ਦੱਸਦੀ ਹੈ ਕਿ ਜਿਹੜੀਆਂ ਸ਼ਨੀਵਾਰ ਨੂੰ ਐਨਪੀ ਦੇ ਤਿੰਨ ਵਿਧਾਇਕ ਪਹਿਲੀ ਵਾਰ ਲੈਂਗਲੇ ਤੇ ਚਿਲੀ ਵੈਕਰਾਈਡਿੰਗ ਦੇ ਵਿੱਚ ਵੀ ਹੈ ਉਹ ਜਿੱਤੇ ਨੇ ਇਹ ਵੱਡੀ ਗੱਲ ਹੈ ਲੈਂਗਲੇ ਦੇ ਵਿੱਚ ਉਹਨਾਂ ਜੌਨ ਹਾਰਗਨ ਨੇ ਕਿਹਾ ਕਿ ਕਿਉਂਕਿ ਲੈਂਗਲੇ ਦੇ ਜਿਹੜੇ ਲੋਕ ਨੇ ਉਹ ਕਾਫੀ ਹੱਦ ਤੱਕ ਬ੍ਰਿਟਿਸ਼ ਕੋਲੰਬੀਅਨ ਨੇ ਇਸੇ ਕਾਰਨ ਉਹਨਾਂ ਨੇ ਸਾਡੀ ਸਰਕਾਰ ਨੂੰ ਤਰਜੀਹ ਦਿੱਤੀ ਹੈ ਸਾਡੀ ਪਾਰਟੀ ਨੂੰ ਉਹਨਾਂ ਨੇ ਵੋਟ ਪਾਈ ਹੈ ਸੋ ਇਹ ਵੀ ਵੱਡੀ ਗੱਲ کہہ ਸਕਦੇ ਹਾਂ ਕਿ ਇਸ ਵਾਰ ਉਹ ਸੀਟਾਂ ਵੀ ਐਂਡੀਪੀ ਨੂੰ ਮਿਲੀਆਂ ਨੇ ਜਿਹੜੀਆਂ ਸ਼ਾਇਦ ਉਹਨਾਂ ਨੇ ਸੋਚੀਆਂ ਵੀ ਨਹੀਂ ਸੀ ਜਾਂ ਪਹਿਲਾਂ ਉਹਨਾਂ ਦੇ ਖਾਤੇ ਦੇ ਵਿੱਚ ਕਦੀ ਗਈਆਂ ਨਹੀਂ ਹੈ ਸੋ ਅੱਗੇ ਗ੍ਰੀਨ ਪਾਰਟੀ ਦੀ ਗੱਲ ਕਰ ਲਈਏ ਗ੍ਰੀਨ ਪਾਰਟੀ ਹੁਣ ਇੱਕ ਨਵੀਂ ਲੀਡਰਸ਼ਿਪ ਦੇ ਨਾਲ ਇੱਕ ਹੋਰ ਸੀਟ ਆਪ ਖਾਤੇ ਦੇ ਵਿੱਚ ਉਹਨਾਂ ਨੇ ਪਾ ਲਈ ਹੈ ਹਰ ਵਾਰ ਜਦੋਂ ਵੀ ਲੀਡਰਸ਼ਿਪ ਜਿਹੜੀ ਗ੍ਰੀਨ ਪਾਰਟੀ ਦੀ ਹੋਈ ਹੈ ਤਾਂ ਉਹਨਾਂ ਨੇ ਇੱਕ ਸੀਟ ਦਾ ਵਾਅਦਾ ਹੀ ਕੀਤਾ ਹੈ ਸੋ ਹੁਣ ਜਿਹੜੀ ਸੋਨੀ ਅ ਸੋਨੀਆ ਫੌਸਟ ਨੇ ਆਉਂਦੀ ਅਗਵਾਈ ਦੇ ਵਿੱਚ ਜਿਹੜੀ ਹੈ ਇੱਕ ਹੋਰ ਸੀਟ ਬੀਸੀ ਗ੍ਰੀਨ ਦੇ ਹਿੱਸੇ ਆ ਚੁੱਕੀ ਹੈ ਇਹ ਸੀਟ ਦਾ ਕੋਈ ਦੱਸਦੀ ਹੈ ਗ੍ਰੀਨਸ ਨੇ ਕੁਐਸਚਨ ਵੈਲੇ ਸੈਲਿਚ ਨਾਰਥ ਤੇ ਆਇਲੈਂਡ ਦੀ ਰਾਈਡਿੰਗ ਨੂੰ ਜਿੱਤਿਆ ਬੀਸੀ ਲਿਬਰਲ ਨੇ ਪਿਛਲੀ ਵਾਰ ਵੀ ਇੱਕ ਨਵੇਂ ਨੇਤਾ ਦੇ ਨਾਲ ਤਿੰਨ ਸੀਟਾਂ ਜਿਹੜੀਆਂ ਉਹ ਜਿੱਤੀਆਂ ਸੀਗੀਆਂ ਸੋ ਲੋਅਰ ਮੈਨਲੈਂਡ ਇਸ ਦੀ ਪਹਿਲੀ ਸੀਟ ਸੀ ਸੋ ਹੁਣ ਜਦੋਂ ਗ੍ਰੀਨ ਪਾਰਟੀ ਨੇ ਗੱਲ ਕੀਤੀ ਹੈ ਸੋਨੀਆ ਜਿਹੜੇ ਫਰਸ ਨੇ ਉਹਨੇ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਉਹ ਕਹਿੰਦੇ ਨੇ ਕਿ ਸਾਡਾ ਵਾਅਦਾ ਹੀ ਹੋਇਆ ਤੇ ਹੁਣ ਸਾਨੂੰ ਇਹ ਵੀ ਕਿਤੇ ਨਾ ਕਿਤੇ ਯਕੀਨ ਹੋ ਗਿਆ ਹੈ ਕਿ ਅਸੀਂ ਸਿਰਫ ਲੋਅਰ ਮੈਨਲੈਂਡ ਤੱਕ ਸਿਰਫ ਨਹੀਂ ਟਿਕੇ ਹੋਏ ਅਸੀਂ ਇਸ ਤੋਂ ਅੱਗੇ ਵੀ ਜਾ ਸਕਦੇ ਹਾਂ ਲੋਕ ਹੁਣ ਸਾਨੂੰ ਪਸੰਦ ਕਰਨ ਲੱਗੇ ਨੇ ਸੋ ਸਾਡੀ ਜਿਹੜੀ ਹੁਣ ਅੱਗੇ ਦੀ ਰਾਹ ਹੈ ਉਹਦੀ ਅਸੀਂ ਸ਼ੁਰੂਆਤ ਕਰਾਂਗੇ ਤੇ ਅੱਗੇ ਜਿਹੜੇ ਲੋਕਾਂ ਦੇ ਵਿੱਚ ਹੋਰ ਅਸੀਂ ਉਹਨਾਂ ਦੇ ਨਾਲ ਜੁੜਾਂਗੇ ਮੁੱਦਿਆਂ ਦੀ ਗੱਲ ਕਰਾਂਗੇ ਤਾਂ ਕਿ ਸਾਡੀ ਸੀਟ ਦੇ ਵਿੱਚ ਜਿਹੜਾ ਵਾਅਦਾ ਹੋ ਰਿਹਾ ਉਹ ਅਸੀਂ ਅੱਗੇ ਉਸ ਨੂੰ ਹੋਰ ਵਧਾਈਏ ਉਹਨਾਂ ਕਿਹਾ ਕਿ ਇਹ ਸੀਟ ਹੁਣ ਸਾਬਿਤ ਇਹ ਕਰ ਰਹੀ ਹੈ ਕਿ ਅਸੀਂ ਵੈਨਕੂਵਰ ਆਈਲੈਂਡ ਤੱਕ ਸਿਰਫ ਸੀਮਿਤ ਨਹੀਂ ਰਹੇ ਅਸੀਂ ਹੋਰ ਵੋਟਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਕੀਤੀ ਜਾਣੀ ਦੇਖਾਂਗੇ ਪਰ ਅਸੀਂ ਸ਼ਾਨਦਾਰ ਸਫਲਤਾ ਵੇਖ ਰਿਹਾ ਜਿਹੜੀ ਪਹਿਲਾਂ ਕਦੇ ਨਹੀਂ ਦੇਖੀ ਸੀ ਉਹਨਾਂ ਇਹ ਗੱਲ ਕਹੀ ਹੈ ਸੋ ਹੁਣ ਇਸ ਚੋਣ ਮੁਹਿਮ ਦੇ ਵਿੱਚ ਵਿਵਾਦਾਂ ਦੇ ਵਿੱਚ ਕਿਰੇ ਜਿਹੜੇ BC ਲਿਬਰਲ ਹੈ ਉਹਨਾਂ ਦੀ ਗੱਲ ਕਰ ਲੈਣੇ ਆ ਕਿ ਆਖਿਰਕਾਰ BC ਲਿਬਰਲ ਆਪਣੀਆਂ ਜਿਹੜੀਆਂ ਸੀਟਾਂ ਜਿਹੜੀਆਂ ਕਹਿ ਸਕਦੇ ਨੇ ਉਹਨਾਂ ਦੀਆਂ ਸ਼ੁਰੂਆਤੀ ਸੀਟਾਂ ਜਿਹੜਾ ਗੜ ਉਹਨਾਂ ਦਾ ਮੰਨਿਆ ਜਾਂਦਾ ਸੀ ਉਹ ਉਹਨਾਂ ਤੋਂ ਕਿਵੇਂ ਖੋਸ ਗਈਆਂ ਲਿਬਰਲਸ ਨੇ ਆਪਣਾ ਪ੍ਰਦਰਸ਼ਨ ਜਿਹੜਾ ਉਹ ਜਦੋਂ ਸ਼ੁਰੂ ਹੋਇਆ ਸੀ ਉਦੋਂ ਹੀ ਢਿੱਲਾਤਾ ਦਿਖਾਇਆ ਸੀ ਪਰ ਬਾਦ ਦੇ ਵਿੱਚ ਫਾਰਮ ਦੇ ਵਿੱਚ ਆnde ਦਿਖਾਈ ਦੇ ਗਏ ਸੀ ਸਾਰੇ ਕੈਂਡੀਡੇਟਸ ਪਰ ਉਸ ਦੇ باوجود ਲਿਬਰਲਸ ਨੂੰ ਜਿਹੜਾ ਕਾਟਾ ਪੈ ਗਿਆ 30 ਤੋਂ ਵੀ ਹੇਠਾਂ ਚਲੇ ਗਏ ਲਿਬਰਲ ਪਾਰਟੀ ਦੇ ਜਿਹੜੇ ਨੁਮਾਇੰਦੇ ਸੀਗੇ ਸੋ ਹੁਣ ਇਹ ਹੈ ਕਿ ਐਂਡਰਿਊ ਵਿਲਕਨਸਨ ਜਿਹੜੇ ਨੇ ਉਹ ਅਜੇ ਮੰਨ ਲਈ ਤਿਆਰ ਨਹੀਂ ਵਿਲ ਕੰਸਨ ਦਾ ਇਹ ਕਹਿਣਾ ਹੈ ਕਿ ਅਜੇ ਵੀ ਅਸੀਂ ਇੰਤਜ਼ਾਰ ਕਰਾਂਗੇ ਮੇਲ ਇਨ ਬੈਲਟ ਦੀਆਂ ਜਿਹੜੀਆਂ ਵੋਟਾਂ ਹਨ ਉਹਨਾਂ ਦਾ ਕਿਉਂਕਿ ਮੇਲ ਇਨ ਬੈਲਟ ਦੀਆਂ ਵੋਟਾਂ ਵੀ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ ਕਈ ਅਜਹੀਆਂ ਰਾਈਡਿੰਗਸ ਹਨ ਜਿਸ ਤੇ ਲਿਬਰਲ ਦਾ ਹੀ ਘੜ ਸੀ ਪਰ ਉਹ ਜ਼ਮੀਨ ਉਹਨਾਂ ਤੋਂ ਖਸ ਗਈ ਹੈ ਵਿਲ ਕੰਸਨ ਨੇ ਫਿਲਹਾਲ ਇਹ ਕਿਹਾ ਕਿ ਅੰਤਮ ਨਤੀਜੇ ਦੀ ਉਡੀਕ ਲਈ ਹਰ ਵੋਟਰ ਦਾ ਹੱਕਦਾਰਾਂ ਮੇਲਿੰਗ ਬੈਲਟ ਅੱਧੀ ਮਿਲੀਅਨ ਅਜੇ ਬਾਕੀ ਹੈ ਸੋ ਸਾਨੂੰ ਨਹੀਂ ਪਤਾ ਕਿ ਅੰਤਮ ਸੀਟ ਦੀ ਗਿਣਤੀ ਕੀ ਹੋਵੇਗੀ ਫਿਰ ਤੋਂ ਕੋਵਿਡ ਕਰਕੇ ਇਲੈਕਸ਼ਨ ਕਰਵਾਉਣ ਤੇ ਜੋਨ ਹੋਰਗਨ ਦੀ ਨਿਖੇਦੀ ਵਿਉ ਕਰਦੇ ਨਜ਼ਰ ਆਏ ਐਨਡੀਪੀ ਦੀਆਂ ਅਹਿਮ ਸੀਟਾਂ ਚੋਂ ਕਿੰਸਬਰੋ ਜਿਹੜੀ ਹੈ ਉਹ ਵੀ ਉਹਨਾਂ ਨੇ ਗਵਾ ਲਈ ਹੈ ਉਹ ਵੀ ਫਿਲਹਾਲ ਅਮਨਦੀਪ ਸਿੰਘ ਦੇ ਖਾਤੇ ਚੜ ਗਈ ਹੈ ਸੋ ਇਸ ਤਰ੍ਹਾਂ ਕੁਝ ਅਹਿਮ ਸੀਟਾਂ ਜਿਹੜੀਆਂ ਮੰਨੀਆਂ ਜਾ ਰਹੀਆਂ ਸੀ ਗੜ ਲਿਬਰਲ ਦਾ ਉਹ ਉਹਨਾਂ ਤੋਂ ਖੁੱਸ ਚੁੱਕੀਆਂ ਨੇ ਦੱਸਦੀ ਕਿ ਇਸ ਵੇਲੇ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਮੁਤਾਬਕ ਅਜੇ ਲਿਬਰਲ ਦਾ ਵੀ ਇਹ ਕਹਿਣਾ ਹੈ ਕਿ ਮੇਲਿੰਗ ਬੈਲਟ ਦਾ ਸੀ ਇੰਤਜ਼ਾਰ ਕਰਾਂਗੇ ਹਾਲਾਂਕਿ ਜੌਨ ਹਾਰਗਨ ਨੇ ਵੀ ਇਹ ਗੱਲ ਕੀਤੀ ਹੈ ਤੇ ਗ੍ਰੀਨ ਪਾਰਟੀ ਵੀ ਇਹੀ ਗੱਲ ਕਹਿ ਰਹੀ ਹੈ ਅਜਿਹੇ ਦੇ ਵਿੱਚ ਮੰਥਨ ਜਦੋਂ ਹੁੰਦਾ ਹੈ ਆਖੀਰ ਦੇ ਵਿੱਚ ਜਦੋਂ ਕੋਈ ਵੀ ਪਾਰਟੀ ਸਪੈਸ਼ਲੀ ਹਾਰ ਦੇ ਹਾਰ ਜਾਂਦੀ ਹੈ ਜਾਂ ਫਿਰ ਉਹਨਾਂ ਦੀਆਂ ਉਹ ਸੀਟਾਂ ਵੀ ਜਿਹੜੀਆਂ ਉਹਨਾਂ ਦਾ ਗੜ ਮੰਨਿਆ ਜਾ ਰਿਹਾ ਸੀ ਉਹਨਾਂ ਤੋਂ ਖੁਸ਼ੀਆਂ ਗਈਆਂ ਨੇ ਉਸ ਤੇ ਮੰਥਨ ਕੀਤਾ ਜਾਂਦਾ ਹੈ ਮੰਥਨ ਦੌਰਾਨ ਸਭ ਤੋਂ ਅਹਿਮ ਚੀਜ਼ ਇਹ ਹੁੰਦੀ ਹੈ ਕਿ ਇਹ ਚੀਜ਼ ਦੇਖਣਾ ਇਸ ਗੱਲ ਦੇ ਵੱਲ ਗੌਰ ਕਰਨਾ ਉਹ ਉਹ ਸਾਰੀਆਂ ਚੀਜ਼ਾਂ ਤੱਕ ਪਹੁੰਚਣਾ ੜਾ ੜਾ ਕਿ ਕਿਹੜੀ ਉਹ ਗੱਲ ਸੀਗੀ ਜਿਹੜੀ ਪਾਰਟੀ ਦੇ ਅਗੇਂਸਟ ਚਲੀ ਗਈ ਜਾਂ ਜਿੱਥੇ ਪਾਰਟੀ ਨੂੰ ਘਾਟਾ ਪਾ ਗਈ ਕਿਹੜੀਆਂ ਉਹ ਸੀਟਾਂ ਦੇ ਉੱਤੇ ਕਮੀ ਛੱਡੀ ਗਈ ਹੈ ਜਿਹੜੀ ਉਹਨਾਂ ਨੂੰ ਨੁਕਸਾਨ ਦੇ ਗਈ ਅਜੇਹੇ ਦੇ ਵਿੱਚ ਜਦੋਂ ਜਦੋਂ ਲਿਬਰਲ ਪਾਰਟੀ ਹੁਣ ਆਪਣਾ ਮੰਥਨ ਕਰੇਗੀ ਜਾਂ ਜਿਹੜੇ ਬਿਲਕਨਸਨ ਨੇ ਉਹ ਐਜ਼ ਅ ਆਗੂ ਆਪਣੇ ਜਦੋਂ ਨੁਮਾਇੰਦਿਆਂ ਦੇ ਨਾਲ ਬੈਠਣਗੇ ਤਾਂ ਇਸ ਗੱਲ ਤੇ ਉੱਤੇ ਧਿਆਨ ਕੀਤਾ ਜਾਏਗਾ ਗੌਰ ਕੀਤਾ ਜਾਏਗਾ ਕਿ ਆਖਿਰਕਾਰ ਹੋਇਆ ਕੀ ਹੈ ਹੋ ਸਕਦਾ ਹੈ ਅਜੇਹੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੁੜ ਸਕਦੀਆਂ ਨੇ ਕੋਰੋਨਾ ਵਾਇਰਸ ਜਿਹੜਾ ਫੈਕਟਰ ਸੀ ਜਿਸ ਤਰੀਕੇ ਨਾਲ ਲਿਬਰਲ ਜੜੇ ਨੇ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਰਹੇ ਸੀ ਕਿ ਉਹ ਅਜੇ ਤਿਆਰ ਨਹੀਂ ਹੈ ਇਸ ਤੋਂ ਇਲਾਵਾ ਇਹ ਵੀ ਚੀਜ਼ ਹੈ ਕਿ ਕਿਤੇ ਨਾ ਕਿਤੇ ਪਾਰਟੀ ਨੇ ਜਦੋਂ ਉਮੀਦਵਾਰ ਬਹੁਤ ਸਾਰੇ ਨਵੇਂ ਉਮੀਦਵਾਰ ਲਿਬਰਲ ਦੇ ਵੱਲੋਂ ਚੋਣ ਮੈਦਾਨ 'ਚ उतारे ਗਏ ਸੀ ਕਿ ਕਿਤੇ ਨਾ ਕਿਤੇ ਉਮੀਦਵਾਰਾਂ ਦੀ ਚੋਣ ਕਰਨ ਦੇ ਵਿੱਚ ਕੋਈ ਕਮੀ ਤਾਂ ਨਹੀਂ ਹੋ ਗਈ ਕਿਉਂਕਿ ਜੇ ਐਨਡੀਪੀ ਵਧੀਆ ਆਗੂਆਂ ਦੀ ਚੋਣ ਕਰ ਸਕਦੀ ਹੈ ਤਾਂ ਲਿਬਰਲ ਕਿਉਂ ਨਹੀਂ ਸੋ ਇਸ ਗੱਲ ਵੀ ਖਾਸ ਜਿਹੜਾ ਧਿਆਨ ਦਿੱਤਾ ਜਾਏਗਾ ਅ ਇਥੋਂ ਤੱਕ ਮਾਹਰ ਜਿਹੜੇ ਨੇ ਮਾਹਰ ਵੀ ਹੁਣ ਇਹੀ ਕਹਿ ਰਹੇ ਨੇ ਕਿ ਵਿਲਕਮਸਨ ਦਾ ਜਿਹੜਾ ਅਗਲਾ ਸਟੈਪ ਕੀ ਹੋਏਗਾ ਹੁਣ ਇਹ ਦੇਖਣਾ ਕਾਫੀ ਅਹਿਮ ਰਹੇਗਾ ਕਿਉਂਕਿ ਅੱਗੇ ਵਿਲਕਮਸਨ ਕੀ ਕਰਨਗੇ ਜਦੋਂ ਇਹਨਾਂ ਚੀਜ਼ਾਂ 'ਤੇ ਗੌਰ ਕੀਤਾ ਜਾਏਗਾ ਕਿ ਕਿਹੜੀ ਚੀਜ਼ ਨੁਕਸਾਨ ਪਾ ਗਈ ਪਾਰਟੀ ਨੂੰ ਘਾਟਾ ਪਾ ਗਈ ਉਸੇ ਮੇਨ ਜਿਹੜੇ ਮੁੱਖ ਕਾਰਨ ਰਹੇ ਕਿ ਜਿਨ੍ਹਾਂ ਦੇ ਉੱਤੇ ਹੁਣ ਅੱਗੇ ਜਿਹੜੀ ਹੈ ਕੰਮ ਕਰਨ ਦੀ ਲੋੜ ਹੈ ਉਹਨਾਂ ਦੇ ਉੱਤੇ ਅੱਗੇ ਜਿਹੜਾ ਉਹਨਾਂ ਨੁਕਸਾਨ ਨੂੰ ਉਸ ਦੀ ਜਿਹੜੀ ਪਰਪਾਈ ਹੈ ਉਸ ਨੂੰ ਪੂਰਾ ਜਿਹੜਾ ਉਹ ਕੀਤਾ ਜਾਣਾ ਲਾਜ਼ਮੀ ਹੋਏਗਾ ਸੋ ਜਿਹੜੇ ਐਂਡਰਿਊ ਵਿਲਕਨਸਨ ਨੇ ਉਹਨਾਂ ਦੇ ਅਗਲੇ ਕਦਮ ਦਾ ਹੀ ਉਹਨੂੰ ਇੰਤਜ਼ਾਰ ਕੀਤਾ ਜਾ ਰਿਹਾ ਮਾਹਰ ਵੀ ਇੰਤਜ਼ਾਰ ਇਹੀ ਕਰ ਰਹੇ ਨੇ ਸੋ ਜਿਹੇ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਫੈਕਟਰ ਜਿਹੜਾ ਗਲਤ ਪੈ ਗਈ ਲਿਬਰਲ ਨੂੰ ਕਿ ਉਮੀਦਵਾਰਾਂ ਦੀ ਚੋਣ ਜਿਹੜੀ ਹੈ ਉਹ ਗਲਤ ਹੋ ਗਈ ਜਾਂ ਫਿਰ ਲੋਕਾਂ ਦੇ ਵਿੱਚ ਉਹਨਾਂ ਵਿਚਰ ਨਹੀਂ ਪਾਏ ਜਾਂ ਫਿਰ ਮੁੱਦਿਆਂ ਦੇ ਉੱਤੇ ਲਿਬਰਲ ਭਰੋਸਾ ਗਵਾ ਚੁੱਕੇ ਨੇ ਲੋਕਾਂ ਦੇ ਵਿੱਚ ਉਹ ਆਪਣਾ ਖਰੇ ਨਹੀਂ ਉਤਰੇ ਜਾਂ ਫਿਰ ਕੋਰੋਨਾ ਵਾਇਰਸ ਕਰਕੇ ਵੀ ਜਾਰੀ ਨਹੀਂ ਕੀਤੀ ਗਈ ਸੀ ਕਿਤੇ ਨਾ ਕਿਤੇ ਉਹ ਕਾਟਾ ਪਾ ਗਈ ਜਾਂ ਇੱਕ ਫੈਕਟਰ ਹੋਰ ਹੈ ਲਿਬਰਲ ਬੀਸੀ ਲਿਬਰਲਸ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਸਾਡੀਆਂ ਕਈ ਡਿਬੇਟਸ ਹੋਈਆਂ ਜਿਸ ਦੇ ਵਿੱਚ ਵੀ ਇਹੀ ਗੱਲ ਬਾਰ ਬਾਰ ਕੀਤੀ ਗਈ ਹੈ ਕਿ ਲਿਬਰਲਸ ਦੇ ਵਿੱਚ ਕਿਤੇ ਨਾ ਕਿਤੇ ਤੜੇਬੰਦੀ ਹੈਗੀ ਹੈ ਸੋ ਇਸ ਦੇ ਉੱਤੇ ਵੀ ਗੌਰ ਕੀਤਾ ਜਾਏਗਾ ਕਿ ਕਿਤੇ ਜਿਹੜੀ ਇਹ ਤੜੇਬੰਦੀ ਸੀਗੀ ਬੀਸੀ ਲਿਬਰਲ ਦੇ ਵਿੱਚ ਕਿਤੇ ਉਹ ਤਾਂ ਨੁਕਸਾਨ ਨਹੀਂ ਪਹੁੰਚਾ ਗਈ ਸੋ ਇਹ ਸਾਰੀਆਂ ਚੀਜ਼ਾਂ ਵੱਲ ਹੁਣ ਜਿਹੜਾ ਹੈ ਗੌਰ ਕੀਤਾ ਜਾਏਗਾ ਸੋ ਇਲੈਕਸ਼ਨਸ ਇਸ ਦੇ ਵਿੱਚ ਜਿਹੜਾ ਇਹ ਸਾਰੀ ਚੀਜ਼ ਆ ਚੁੱਕੀ ਹੈ ਅਜਿਹੇ ਦੇ ਵਿੱਚ ਹੁਣ ਬੀਸੀ ਦੀਆਂ ਚੋਣਾਂ ਤਾਂ ਨਿਭੜ ਚੁੱਕੀਆਂ ਨੇ ਪਰ ਹਜੇ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਇੱਕ ਹੋਰ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਟੋਰਾਂਟੋ ਦੇ ਵਿੱਚ ਵੀ ਹੈ ਜਿਹੜਾ 26 ਤਰੀਕ ਨੂੰ ਇਲੈਕਸ਼ਨ ਜਿਮਨੀ ਚੋਣ ਦੋ ਸੀਟਾਂ ਦੀ ਹੋਣ ਜਾ ਰਹੀ ਹੈ ਯੋਰਕ ਸੈਂਟਰ ਤੇ ਇੱਕ ਹੋਰ ਹੈਗੀ ਹੈ ਟ੍ਰਾਂਟੋ ਟੋ ਸੈਂਟਰ ਦੀ ਇਹ ਦੋ ਉਹ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਅੱਜ ਉਸਤੇ ਵੀ ਨਜ਼ਰ ਬਣੀ ਰਹੇਗੀ ਕਿ ਉੱਥੇ ਕੀ ਹੁੰਦਾ ਸੋ ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੇ ਜਿਹੜੀਆਂ ਚੋਣਾਂ ਉਸੇ ਤਰ੍ਹਾਂ ਲਗਾਤਾਰ ਅਸੀਂ ਬਣੇ ਹੋਇਆ 5 ਨਵੰਬਰ ਨੂੰ ਜਿਹੜਾ ਅਮਰੀਕਾ ਦਾ ਵਿੱਚ ਹੋਣ ਮੈਦਾਨ ਜਿਹੜਾ ਉਹ ਬਹੁਤ ਹੀ ਜ਼ਿਆਦਾ ਪਖੜ ਵਾਲਾ ਪਖਿਆ ਹੁਣ ਵੀ ਹੋਇਆ ਡੋਨਲਡ ਟਰੰਪ ਅਤੇ ਜੋ ਬਾਈਡਨ ਨੇ ਕਾਫੀ ਜ਼ਿਆਦਾ ਹੁਣ ਵੀ ਮੈਦਾਨ ਨੂੰ ਪਖਾਇਆ ਹੋਇਆ ਸੋ ਇਸ ਤਰੀਕੇ ਨਾਲ ਵਾਰੀ-ਵਾਰੀ ਜਿਹੜੀਆਂ ਇੱਕ ਜਗ੍ਹਾ ਦੀਆਂ ਚੋਣਾਂ ਨਿਭੜ ਰਹੀਆਂ ਨੇ ਤੇ ਨਾਲ ਹੀ ਦੂਸਰੀਆਂ ਆ ਰਹੀਆਂ ਨੇ ਦੀ ਗੱਲ ਅਸੀਂ ਲਗਾਤਾਰ ਜਿਹੜੀ ਹੈ ਉਹ ਕਰਦੇ ਰਵਾਂਗੇ ਫਿਲਹਾਲ ਹੁਣ ਇੱਕ ਛੋਟਾ ਜਿਹਾ ਤੇ ਬ੍ਰੇਕ ਲੈ ਲੈਂਦੇ ਆ ਕਿਉਂਕਿ ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਦਾ ਰੋਕਾ ਕਰਨਾ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨੇ ਇਸ ਵੀਕਐਂਡ ਦੌਰਾਨ ਬਹੁਤ ਸਾਰੇ ਚੇਂਜਸ ਹੋਏ ਨੇ ਬਹੁਤ ਸਾਰੇ ਮੀਟਿੰਗਾਂ ਹੋ ਚੁੱਕੀਆਂ ਨੇ ਕਿਸਾਨਾਂ ਦੇ ਬਹੁਤ ਸਾਰੇ ਅਪਡੇਟਸ ਨੇ ਸੋ ਜਾਣਨ ਦੇ ਲਈ ਅਸੀਂ ਹਰਸ਼ਰਨ ਕੌਰ ਦੇ ਕੋਲ ਚੱਲਾਂਗੇ ਬ੍ਰੇਕ ਤੋਂ ਬਾਅਦ ਤੇ ਜਲਦੀ ਵਾਪਸ ਮੁੜਦੇ ਆ ਪੰਜਾਬ ਦਾ ਅਪਡੇਟ ਲੈ ਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।